ਅੱਗੇ ਪੜਦੇ ਹਾਂ ਜੀ ਫਾਰਸੀ ਅਤੇ ਗ੍ਰੀਕ ਹਮਲੇ ਗ੍ਰੀਕ ਹੈ ਜੀ ਜੁਦਾਨੀ ਵਰਲਡ ਮੈਪ ਦੇਖੋਗੇ ਨਾ ਭਾਰਤ ਦੇ ਉੱਤਰ ਪੱਛਮ ਇਲਾਕੇ ਵੱਲ ਅਫਗਾਨਿਸਤਾਨ ਤੋਂ ਅੱਗੇ ਈਰਾਨ ਇਰਾਕ ਅੱਜ ਦੇ ਦੇਸ਼ ਆ ਜਿਹੜਾ ਈਰਾਨ ਸੀ ਨਾ ਉਹੀ ਪੂਰੇ ਏਰੀਆ ਨੂੰ ਫਾਰਸ ਕਿਹਾ ਜਾਂਦਾ ਸੀ ਉਹ ਉਹਨਾਂ ਆਸ-ਪਾਸੇ ਹੋਰ ਵੀ ਜਿੱਤਾਂ ਪ੍ਰਾਪਤ ਕੀਤੀਆਂ ਸੀ ਤਾਂ ਅਸੀਂ ਕਹਿ ਸਕਦੇ ਹਾਂ ਇਹ ਫਾਰਸੀ ਪਰਸ਼ੀਅਨ ਅੰਪਾਇਰ ਆ ਫਾਰਸੀ ਉੱਥੋਂ ਦੇ ਲੋਕ ਫਾਰਸੀ ਭਾਸ਼ਾ ਬੋਲਦੇ ਆ ਉਸ ਤੋਂ ਅੱਗੇ ਯੂਰਪ ਚੱਲ ਜਾਈਏ ਤਾਂ ਅੱਗੇ ਆਉਂਦਾ ਸੀ ਜੀ ਗ੍ਰੀਸ ਗ੍ਰੀਸ ਤੁਸੀਂ ਮੈਪ 'ਚ ਦੇਖ ਲਿਓ ਅੱਜ ਵੀ ਗ੍ਰੀਸ ਆਉਂਦਾ ਤੇ ਉੱਥੋਂ ਦੇ ਲੋਕਾਂ ਨੂੰ ਗ੍ਰੀਕੀ ਵੀ ਕਹਿ ਦਿੰਦੇ ਆ ਪੰਜਾਬੀ ਵਿੱਚ ਜੁਨਾਨੀ ਕਹਿ ਦਿੰਦੇ ਆ ਜੀ ਜੁਨਾਨੀ ਤੇ ਇਹ ਦੋ ਮਹਾਨ ਮੱਟੇ ਅੰਪਾਇਰ ਸੀ ਇਹਨਾਂ ਦਾ ਆਪਸ ਵਿੱਚ ਕਾਫੀ ਲੜਾਈ ਝਗੜਾ ਵੀ ਚੱਲਦਾ ਰਹਿੰਦਾ ਸੀ ਤੇ ਤੁਸੀਂ 300 ਮੂਵੀ 'ਚ ਦੇਖੀ ਹੋਵੇਗੀ ਉਹਦੇ ਵਿੱਚ ਇਹੀ ਇੱਕ ਪਾਸੇ ਜੁਨਾਨੀ ਹੁੰਦੇ ਆ ਇੱਕ ਪਾਸੇ ਫਾਰਸੀ ਹੁੰਦੇ ਆ ਤੇ ਹੁਣ ਫਾਰਸੀ ਅਤੇ ਗ੍ਰੀਕੀਆਂ ਦੇ ਹਮਲੇ ਪਣਾ ਗਿਆ ਸੀ ਭਾਰਤ ਦੇ ਅਫਗਾਨਿਸਤਾਨ ਤੋਂ ਅੱਗੇ ਜਿਹੜਾ ਉੱਤਰ ਪੱਛਮ ਏਰੀਏ ਤੋਂ ਫਾਰਸ ਨੇ ਹਮਲਾ ਕੀਤਾ ਫਾਰਸੀ ਲੋਕਾਂ ਨੇ ਹੁਣ ਹਮਲਾ ਕੀਤਾ ਇੱਧਰ ਤੇ ਦੇਖੋ ਜਨਰਲੀ ਆਮ ਤੌਰ ਤੇ ਜ਼ਿਆਦਾ ਹਮਲੇ ਉੱਤਰ ਪੱਛਮ ਏਰੀਆ ਤੋਂ ਹੀ ਹੋਏ ਆ ਤਾਂ ਪਹਿਲਾਂ ਪਹਿਲ ਇਨ੍ਹਾਂ ਫਾਰਸੀ ਲੋਕਾਂ ਨੇ ਹੀ ਹਮਲੇ ਕੀਤੇ ਸੀ ਪੜਦੇ ਹਾਂ ਜੀ ਫਾਰਸੀ ਹਮਲੇ ਸਾਈਦਸ ਇਨ੍ਹਾਂ ਦਾ ਰਾਜਾ ਸੀ ਸਾਈਲਸ ਪਹਿਲਾ ਕਿਹੜਾ ਬੰਦਾ ਸੀ ਜਿਨਾਂ ਅਟੈਕ ਕੀਤਾ ਭਾਰਤ ਤੇ ਉੱਤਰ ਪੱਛਮ ਏਰੀਆ ਤੋਂ ਸਾਇਸ 558 ਤੋਂ 530 ਸਾਪੂ ਲੋ ਠੀਕ ਹੈ ਨਾ 6ਵੀਂ ਸਦੀ ਦੇ ਥੋੜਾ ਬਾਅਦ ਵਾਲੇ ਸਮੇਂ ਵਿੱਚ ਸਾਇਸ ਮਹਾਨ ਅਕਮਿਨੀਆਂ ਸਾਮਰਾਜ ਦਾ ਸਭ ਤੋਂ ਮਹਾਨ ਵਿਜੇਤਾ ਸੀ ਅਕਮਿਨੀਆਂ ਦੇਖੋ ਜਿਸ ਤਰ੍ਹਾਂ ਸਾਡੇ ਇੱਥੇ ਭਾਰਤ ਵਿੱਚ ਮੌਰੀਅਨ ਸਾਮਰਾਜ ਹੋ ਗਿਆ ਨੰਦ ਸਾਮਰਾਜ ਹੋ ਗਿਆ ਉਸੇ ਹਿਸਾਬ ਨਾਲ ਉਸ ਵੇਲੇ ਫਾਰਸ ਤੇ ਜਿਹੜੇ ਰਾਜ ਕਰਦੇ ਸੀ ਉਹਨਾਂ ਦਾ ਸਮਰਾਜ ਸੀ ਅਕਮਿਨੀਅਨ ਉਹਨਾਂ ਨੂੰ ਅਕਮਿਨੀਅਨ ਵੀ ਕਹਿ ਦਿੰਦੇ ਆ ਹੁਣ ਅਸੀਂ ਗੱਲਾਂ ਕਰਦੇ ਕਰਦੇ ਜੇ ਅਕਮਿਨੀਅਨ ਸ਼ਬਦ ਚੂਜ਼ ਕਰੀਏ ਜਾਂ ਅਸੀਂ ਫਾਰਸੀ ਸ਼ਬਦ ਚੂਜ਼ ਕਰੀਏ ਤਾਂ ਤੁਸੀਂ ਕਨਫਿਊਜ਼ ਨਹੀਂ ਹੋਣਾ ਆਲਮੋਸਟ ਸੇਮ ਚੀਜ਼ ਆ ਇਹ ਮਹਾਨ বিজেਤਾ ਸੀ ਕਈ ਜਿੱਤਾਂ ਪ੍ਰਾਪਤ ਕੀਤੀਆਂ ਉਹ ਪਹਿਲਾ বিজেਤਾ ਸੀ ਜੋ ਇੱਕ ਮਹਿੰਮ ਦੀ ਅਗਵਾਈ ਕਰਦੇ ਹੋਏ ਭਾਰਤ ਵਿੱਚ ਦਾਖਲ ਹੋਇਆ ਉਹਨ ਇੱਕ ਪੂਰੀ ਆਪਣੇ ਇੱਕ ਮੂਵਮੈਂਟ ਮੁਹਮ ਚਲਾਈ ਸੀ ਬਿਹਾਂ ਵੀ ਇੰਨਾ ਏਰੀਆ ਫਤਿਹ ਕਰਨਾ ਤੇ ਉਹ ਮੁਹਮ ਤਹਿਤੋ ਕਰ ਚੱਲਦੇ ਚੱਲਦੇ ਭਾਰਤ ਵਿੱਚ ਦਾਖਲ ਹੋਇਆ ਤਾਂ ਪਹਿਲਾ ਕਿਹੜਾ ਬੰਦਾ ਸੀ ਜਿਹੜਾ ਉੱਤਰ ਪੱਛਮ ਤੋਂ ਭਾਰਤ ਵਿੱਚ ਦਾਖਲ ਹੋਇਆ ਇਦਾਂ ਸੈਨਾ ਲੈ ਕੇ ਫਾਰਸ ਦਾ ਅਕਮੇਨਿਨ ਸਾਮਰਾਜ ਦਾ ਉਹ ਸੀ ਸਾਈਰਸ ਯਾਦ ਰੱਖਿਓ ਸਾਈਰਸ ਉਸਨੇ ਗੰਦਾਰ ਖੇਤਰ ਉੱਤੇ ਕਬਜ਼ਾ ਕਰ ਲਿਆ ਸਿੰਧੂ ਨਦੀ ਤੇ ਪੱਛਮ ਵੱਲ ਸਾਰੇ ਭਾਰਤੀ ਕਬੀਲਿਆਂ ਨੇ ਉਸ ਨੂੰ ਸਰਧਾਂਜਲੀ ਦਿੱਤੀ ਮਤਲਬ ਉਹਦੇ ਅੱਗੇ ਝੁਕ ਗਏ ਆ ਦੇਖ ਲਓ ਜੀ ਗੰਦਾਰ ਆਹ ਵਾਲਾ ਏਰੀਆ ਜੀ ਗੰਦਾਰ ਇਸ ਏਰੀਆ ਤੇ ਕਬਜ਼ਾ ਕਰ ਲਿਆ ਤੇ ਆ ਤੁਹਾਡੀ ਸਿੰਧੂ ਨਦੀ ਆ ਤਾਂ ਸਿੰਧੂ ਨਦੀ ਦੇ ਪੱਛਮ ਪਾਸੇ ਸਾਰੇ ਕਬੀਲੇ ਉਹਦੇ ਅਧੀਨ ਹੋ ਗਏ ਠੀਕ ਹੈ ਜੀ ਇਹ ਯਾਦ ਰੱਖਿਓ ਜੀ ਤੁਸੀਂ ਏਰੀਆ ਆ ਅਕਮੇਨੀਆਂ ਦਾ ਅੰਪਾਇਰ ਦਾ ਇਹ ਹਿੱਸਾ ਆ ਸਾਰਾ ਤੇ ਥੋੜੇ ਹੋਰ ਸ਼ਹਿਰ ਪੜ ਲੈਣੇ ਅਸੀਂ ਆ ਦੇਖੋ ਜੀ ਆ ਸਾਡੇ ਕਾਸ਼ੀ ਮਗਧ ਅ ਬਿਹਾਰ ਵਿੱਚ ਮਗਧ वत्स ਸੌਰਸੇਨ ਮੱਛ ਪੰਜਾਲ कुरु है ना ये बड़े बडे वे एरिए बड़े बडे राजा अवंती अवंती कितने मध्य प्रदेश में हो गया शेली अंग वर्जी मलां पढ़े एक ये बड़े बडे जनपद से ठीक है जी महाजनपद ठीक है ना छेवीं शताब्दी शे, ईसा पूर्व ओके जी अगे उसके पुत्र ਕੈਂਬੀਸ ਕੋਲ 파ਰਥਵਲ ਧਿਆਨ ਦੇਣ ਦਾ ਸਮਾਂ ਨਹੀਂ ਸੀ ਕੋਈ ਗੱਲ ਨਹੀਂ ਜੀ ਛੱਡੋ ਕੈਂਬੀਸ ਨੇ ਕੁਝ ਨਹੀਂ ਕੀਤਾ ਫਿਰ ਆਂਦਾ ਜੀ ਦਾਰੀਅਸ 1 ਦਾਰੀਅਸ 1 ਇਹ ਮੈਂ ਨਾ ਸੀਡੀ ਇਸ ਤਰ੍ਹਾਂ ਯਾਦ ਕਰਦਾ ਹੁੰਦਾ ਸੀ ਅਲਫਾਬੈਟਿਕਲੀ ਸੀ ਪਹਿਲਾਂ ਆਂਦਾ ਤਾਂ ਇਹਦਾ ਮਤਲਬ ਸਾਇਰਸ ਪਹਿਲਾਂ ਆਇਆ ਸੀ ਸਾਡੇ ਇੱਥੇ ਡੀ ਬਾਅਦ ਵਿੱਚ ਆਉਂਦਾ ਇਹਦਾ ਮਤਲਬ ਦਾਰੀਅਸ ਬਾਅਦ ਵਿੱਚ ਆਇਆ ਸੀ ਪੇਪਰ ਵਿੱਚ ਇਹੀ ਕਨਫਿਊਜ਼ਨ ਆਉਂਦੀਆਂ ਸਾਇਰਸ ਸੀ ਜਾਂ ਦਾਰੀਅਸ ਸੀ ਇਸ ਤਰ੍ਹਾਂ ਤਾਂ ਮੈਂ ਰੱਖਿਆ ਸੀਡੀ ਸੀ ਪਹਿਲਾਂ ਅਲਫਾਬੈਟਿਕਲੀ ਸੀ ਤੋਂ ਸਾਇਰਸ ਸਾਇਰਸ ਪਹਿਲਾਂ ਆਇਆ ਸੀ ਬੀ ਤੋਂ ਦਾਰੀਅਸ ਦਾਰੀਅਸ ਬਾਅਦ ਵਿੱਚ ਆਇਆ ਸੀ ਦਾਰੀਅਸ 1 ਇਹਨਾਂ ਦੇ ਵੀ ਨਾਮ ਸੀ ਦਾਰੀਅਸ 1 ਦਾਰੀਅਸ 2 ਦਾਰੀਅਸ 3 ਇਸ ਤਰ੍ਹਾਂ ਯਾਨੀ ਪਹਿਲਾ ਸੀ ਦਾਰੀਅਸ 1 ਮਤਲਬ ਸਾਇਰਸ ਦੇ ਪੋਤੇ ਇਹ ਸਾਇਰਸ ਦਾ ਪੋਤਾ ਸੀ ਉਸ ਨੇ 1518 ਈਸਵੀ ਪੂਰਵ ਵਿੱਚ ਸਿੰਧ ਘਾਟੀ ਨੂੰ ਜਿੱਤ ਲਿਆ ਸੀ ਸਿੰਧੂ ਘਾਟੀ ਦੇ ਏਰੀਆ ਵਾਲੇ ਨੂੰ ਆਪਣੇ ਇਹ ਅੰਦਰ ਕਰ ਲਿਆ ਅਤੇ ਪੰਜਾਬ ਅਤੇ ਸਿੰਧ ਨੂੰ ਆਪਣੇ ਨਾਲ ਮਿਲਾ ਲਿਆ ਇਹ ਬੰਦਾ ਸੀ ਜਿਸ ਨੇ ਪੰਜਾਬ ਨੂੰ ਵੀ ਆਪਣੇ ਨਾਲ ਮਿਲਾ ਲਿਆ ਦਾਰੀਅਸ ਨੇ ਇਹ ਖੇਤਰ ਉਸਦੇ ਸਾਮਰਾਜ ਦਾ 20ਵਾਂ ਸਤਰਾਪੀ ਬਣ ਗਿਆ ਸਤਰਾਪੀ ਮੀਨ ਅੱਜ ਦੇ ਟਾਈਮ ਦਾ ਸਟੇਟ ਮਤਲਬ ਸਟੇਟ ਬਣ ਗਿਆ ਸੀ ਅਕਮੇਨੀਆਂ ਐਂਪਾਇਰ ਦਾ ਪੰਜਾਬ ਵੀ ਉਹਨਾਂ ਦਾ ਹਿੱਸਾ ਬਣ ਗਿਆ ਸੀ ਤਾਂ ਉਹ ਬੰਦਾ ਕਿਹੜਾ ਜਿਸ ਨੇ ਪੰਜਾਬ ਨੂੰ ਵੀ ਫਤਿਹ ਕਰ ਲਿਆ ਦਾਰੀਅਸ ਇਹ ਅਕਮੇਨੀਆਂ ਸਾਮਰਾਜ ਦਾ ਸਭ ਤੋਂ ਉਪਜਾਊ ਅਤੇ ਆਬਾਦੀ ਵਾਲਾ ਸੂਬਾ ਸੀ ਬਹੁਤ ਹੀ ਫਰਟਾਈਲ ਏਰੀਆ ਸੀ ਦੇਖੋ ਹਿਸਟਰੀ ਵਿੱਚ ਸ਼ੁਰੂ ਤੋਂ ਹੀ ਨਾ ਸਾਡੇ ਪੰਜਾਬ ਸਾਈਡ ਵਾਲੇ ਏਰੀਆਜ਼ ਤੇ ਅੱਖ ਰੱਖੀ ਜਾਂਦੀ ਆ ਲੋਕੀ ਕਹਿੰਦੇ ਵੀ ਇਹ ਬਹੁਤ ਉਪਜਾਊ ਏਰੀਆ ਆ ਖੇਤਰਾ ਅਸੀਂ ਇਸ ਨੂੰ ਆਪਣੇ ਅੰਦਰ ਲੈਣਾ ਆ ਇਸ ਤੇ ਜਿੱਤ ਪ੍ਰਾਪਤ ਕਰਨੀ ਆ ਇਸ ਦੀ ਆਬਾਦੀ ਵੀ ਕਾਫੀ ਸੀ ਠੀਕ داریਅਸ ਨੇ ਸਿੰਧ ਦੀ ਖੋਜ ਕਰਨ ਲਈ ਸਕਾਈਲਾਸ ਦੇ ਅਧੀਨ ਇੱਕ ਜਲ ਸੈਨਾ ਮੋਹਮ ਭੇਜੀ ਵੀ ਤੁਸੀਂ ਇਸ ਏਰੀਏ ਨੂੰ ਦੇਖੋ ਪੜਤਾਲੋ ਇਹਨੂੰ ਇਹਦੀ ਕੋਕ ਪੜਤਾਲ ਕਰੋ ਉਹ داریਸ ਨੇ ਹੀ ਇੱਕ ਮੁਹਿੰਮ ਭੇਜੀ ਸੀ ਸਕਾਈਲਾਸ ਦੇ ਅਧੀਨ ਇਹ ਲਾਈਨ ਮੈਂ ਤਾਂ ਦੱਸ ਰਿਹਾ ਕਿ ਇਸ ਤਰ੍ਹਾਂ ਦੇ ਪ੍ਰਸ਼ਨ ਵੀ ਆ ਜਾਂਦੇ ਆ ਉਹ ਕਿਹੜਾ ਅਕਮੇਨियन ਅੰਪਾਇਰ ਦਾ ਰਾਜਾ ਸੀ ਜਿਸ ਨੇ ਸਕਾਈਲਾਸ ਦੇ ਅਧੀਨ ਇੱਕ ਨੇਵੀ ਸੈਨਾ ਦੀ ਮੁਹਿੰਮ ਭੇਜੀ ਸੀ ਤਾਂ ਕਿ ਸਿੰਧ ਦੇ ਏਰੀਏ ਦੀ ਪੂਰੀ ਖੋਜ ਕੀਤੀ ਜਾ ਸਕੇ ਉਹ ਸੀ داریਸ ਠੀਕ ਹੈ ਜੀ ਅੱਗੇ ਚਲਦੇ ਚਲਦੇ ਫਿਰ ਆਉਂਦਾ ਜੀ ਇਹਨਾਂ ਦਾ ਰਾਜਾ داریਸ ਥਰਡ داریਸ ਥਰਡ ਉਸਨੇ 330 ईसा पूर्व ਵਿੱਚ ਸਿਕੰਦਰ ਮੁਰਦ ਲੜਨ ਲਈ ਭਾਰਤੀ ਸਿਪਾਹੀਆਂ ਨੂੰ ਵਰਤੀ ਕੀਤਾ। ਮਤਲਬ ਪਾਰਤ ਉਹਦੇ ਰਾਜ ਦਾ ਹਿੱਸਾ ਸੀ ਤਾਂ ਉਹਨਾਂ ਆਪਣੇ ਸੈਨਾ ਵਿੱਚ ਭਾਰਤੀ ਸਿਪਾਹੀ ਵੀ ਵਰਤੀ ਕੀਤੇ ਸੈਨਾ ਦੇ ਵਿਰੁੱਧ ਲੜਨ ਲਈ। ਪਰ ਬਾਅਦ ਵਿੱਚ ਜਾ ਕੇ ਉਹਨਾਂ ਦਾ ਪੰਜਾਬ ਉੱਤੇ ਕੰਟਰੋਲ ਕਟ ਗਿਆ। ਇਹ ਸਪਸ਼ਟ ਹੈ ਕਿ ਸਿਕੰਦਰ ਤੇ ਭਾਰਤ ਦੇ ਹਮਲੇ ਨਾਲ ਭਾਰਤ ਤੇ ਹਮਲੇ ਨਾਲ ਫਾਰਸੀਆਂ ਦਾ ਕੰਟਰੋਲ ਢਿੱਲਾ ਹੋ ਗਿਆ ਸੀ। ਫਾਰਸੀ ਦਾ ਕੰਟਰੋਲ ਭਾਰਤ ਉਤੇ ਕਟ ਗਿਆ ਸੀ ਸਿਕੰਦਰ ਦੇ ਅਟੈਕ ਤੋਂ ਬਾਅਦ ਠੀਕ ਹੈ ਜੀ ਹੁਣ ਅਸੀਂ ਥੋੜਾ ਪੜ੍ਹੀਏ ਕਿ ਫਾਰਸੀ ਹਮਲੇ ਦੇ ਪ੍ਰਭਾਵ ਕੀ ਹੋਏ ਕੀ ਪ੍ਰਭਾਵ ਹੋਏ ਦੇਖੋ ਜੀ ਫਾਰਸ ਹੁਣ ਫਾਰਸ ਨੇ ਜਦੋਂ ਭਾਰਤ ਤੇ ਅਟੈਕ ਕੀਤਾ ਪੰਜਾਬ ਨੂੰ ਆਪਣੇ ਨਾਲ ਮਿਲਾ ਲਿਆ ਤਾਂ ਇਹਨਾਂ ਦਾ ਕੀ ਆਪਸ ਚ ਲੈਣ ਦੇਣ ਵੱਧ ਗਿਆ ਰਸਤੇ ਖੁੱਲ ਗਏ ਇਹਨਾਂ ਦਾ ਕਲਚਰਲ ਸਭਿਆਚਾਰਕ ਸੰਪਰਕ ਹੋਣ ਲੱਗ ਗਿਆ ਇੱਕ ਦੂਸਰੇ ਨਾਲ ਫਾਰਸੀ ਹਮਲੇ ਨੇ ਪਾਰਸ ਇਰਾਨੀ ਵਰਣ ਦੇ ਵਿਕਾਸ ਨੂੰ ਹੁਲਾਰਾ ਦਿੱਤਾ ਕਮਰਸ ਵਪਾਰ ਵਗੈਰਾ ਹੋਰ ਵੱਧ ਗਿਆ ਲੈਣ ਦੇਣ ਵੱਧ ਗਿਆ ਨਾਲ ਹੀ ਇਸ ਨੇ ਸਿਕੰਦਰ ਦੇ ਹਮਲੇ ਲਈ ਜ਼ਮੀਨ ਤਿਆਰ ਕੀਤੀ ਪ੍ਰੋਪਰ ਗਰਾਊਂਡ ਤਿਆਰ ਕੀਤੀ ਹੁਣ ਸਿਕੰਦਰ ਨੂੰ ਪਤਾ ਲੱਗ ਗਿਆ ਕਿ ਇਹ ਵਾਲਾ ਏਰੀਆ ਕਾਫੀ ਮਸ਼ਹੂਰ ਆ ਉਪਜਾਊਗਾ ਤੇ ਮੈਂ ਵੀ ਇਹੇ ਜਿੱਤਣਾ ਤੇ ਜੇ ਫਾਰਸ ਨੇ ਜਿੱਤ ਲਿਆ ਤੇ ਅਸੀਂ ਵੀ ਜਿੱਤ ਸਕਦੇ ਹਾਂ ਮਤਲਬ ਬੀਸ ਤਿਆਰ ਕੀਤਾ ਫਾਰਸ ਦੇ ਹਮਲੇ ਨੇ ਤੇ ਸਿਕੰਦਰ ਵੀ ਬਾਦ ਬਚਾਇਆ ਖਰੋਸ਼ਟੀ ਲਿਪੀ ਸਾਡੇ ਦਾ ਉੱਤਰ ਪੱਛਮ ਭਾਰਤ ਵਿੱਚ ਖਰੋਸ਼ਟੀ ਲਿਪੀ ਵੀ ਮਸ਼ਹੂਰ ਸੀ ਅਸ਼ੋਕਾ ਦੇ ਟਾਈਮ ਵਿੱਚ ਤਾਂ ਮਸ਼ਹੂਰ ਹੋ ਗਈ ਸੀ ਕਾਫੀ ਇਹ ਜਿਹੜੀ ਖਰੋਸ਼ਟੀ ਲਿਪੀ ਸੀ ਜੋ ইরਾਨੀ ਲਿਖਤ ਦਾ ਇੱਕ ਰੂਪ ਸੀ ਹੁਣ ਈਰਾਨ ਵਿੱਚ ਕੌਣ ਸੀ ਮੈਂ ਦੱਸਿਆ ਫਾਰਸੀ ਅਕਮੇਨੀਆਂ ਸਮਰਾਜ ਉਹਨਾਂ ਦੀ ਇੱਕ ਲਿਪੀ ਸੀ ਖਰੋਸ਼ਟੀ ਉਹ ਉੱਤਰ ਪੱਛਮੀ ਭਾਰਤ ਵਿੱਚ ਪ੍ਰਸਿੱਧ ਹੋ ਗਈ ਪ੍ਰਸਿੱਧ ਹੋ ਗਈ ਇਹ ਲਿਪੀ ਹੁਣ ਨਾਰਥ-ਵੈਸਟ ਵਿੱਚ ਲਿਖੀ ਜਾਣ ਲੱਗੀ ਤੇ ਅਸ਼ੋਕ ਦੇ ਕੁਝ ਜਿਹੜੇ ਸਤੰਭਾਂ ਜਾਂ ਪੱਥਰ ਤੇ ਉਕਰੇ ਹੋਏ ਅੱਖਰ ਉਹ ਖਰੋਸ਼ਟੀ ਲਿਪੀ ਵਿੱਚ ਵੀ ਲਿਖੇ ਗਏ ਆ। ਇਸ ਲਿਪੀ ਵਿੱਚ ਅਸ਼ੋਕ ਦੇ ਕੁਝ ਫਰਮਾਨ ਲਿਖੇ ਗਏ ਸਨ। ਅਸੀਂ ਪੜਾਂਗੇ ਕਿ ਜਦੋਂ ਸਮਰਾਟ ਅਸ਼ੋਕ ਨੇ ਬੁੱਧ ਧਰਮ ਅਪਣਾਇਆ ਤਾਂ ਬੁੱਧ ਦੀ ਸਿੱਖਿਆਵਾਂ ਨੂੰ ਫੈਲਾਉਣ ਲਈ ਉਸ ਨੇ ਖੰਭਿਆਂ ਤੇ ਪੱਥਰਾਂ ਤੇ ਕੀ ਆ ਉਹ ਲਿਖਵਾਇਆ। ਅੱਖਰ ਲਿਖਵਾਏ, ਸੰਦੇਸ਼ ਲਿਖਵਾਏ, ਆਪਣੇ ਫਰਮਾਨ ਲਿਖਵਾਏ ਤੇ ਉਹਨਾਂ ਲਈ ਅਲੱਗ-ਅਲੱਗ ਲਿਪੀਆਂ ਦਾ ਪ੍ਰਯੋਗ ਕੀਤਾ ਤਾਂ ਉਹਨਾਂ ਵਿੱਚ ਖਰੋਸ਼ਟੀ ਵੀ ਇੱਕ ਸੀ ਅਸੀਂ ਮੌਰੀਆ ਕਲਾ ਉੱਤੇ ਫਾਰਸੀ ਕਲਾ ਦੇ ਪ੍ਰਭਾਵ ਨੂੰ ਪ੍ਰਤੱਖ ਦੇਖ ਸਕਦੇ ਹਾਂ ਕਿਉਂਕਿ ਪੱਥਰ ਦੇ ਉੱਤੇ ਲਿਖਣਾ ਪੱਥਰ ਦੇ ਉੱਤੇ ਅੰਕੁਰਿਤ ਕਰਕੇ ਲਿਖਣਾ ਇਹ ਇਹ ਅਸ਼ੋਕ ਨੇ ਕੀਤਾ ਪਰ ਇਹ ਜਿਹੜਾ ਕਨਸੈਪਟ ਆ ਇਹ ਕਿੱਥੋਂ ਆਇਆ ਜ਼ਿਆਦਾਤਰ ਫਾਰਸੀ ਆਰਟ ਤੋਂ ਆਇਆ ਫਾਰਸੀ ਲੋਕ ਇਸ ਤਰ੍ਹਾਂ ਕਰਦੇ ਸੀ ਤੇ ਅਸੀਂ ਵੀ ਇਹ ਚੀਜ਼ ਅਪਣਾਈ ਫਿਰ ਫਾਰਸੀ ਕਲਾ ਤੋਂ ਇਹ ਗੱਲਾਂ ਅਸੀਂ ਵੀ ਅਪਣਾਈ ਮਤਲਬ ਉਹਨਾਂ ਦਾ ਪ੍ਰਭਾਵ ਸਾਡੀ ਕਲਾ ਤੇ ਵੀ ਪਿਆ ਖਾਸ ਤੌਰ ਤੇ ਅਸ਼ੋਕ ਦੇ ਥੰਮਾਂ ਅਤੇ ਉਹਨਾਂ ਉੱਤੇ ਬਣਾਈਆਂ ਗਈਆਂ ਮੂਰਤੀਆਂ ਤੋਂ ਠੀਕ ਇਹਨਾਂ ਤੇ ਉਹਨਾਂ ਇਹਨਾਂ ਤੇ ਕੀਆ ਹਿਦਾਨੀ ਕਲਾ ਦਾ ਕਾਫੀ ਪ੍ਰਭਾਵ ਪਿਆ ਅਸ਼ੋਕ ਦੇ ਥੰਮ ਉਹਨਾਂ ਉੱਤੇ ਬਣੀਆਂ ਮੂਰਤੀਆਂ ਵਗੈਰਾ ਇਹ ਕਿੱਥੋਂ ਲੀਆਂ ਗਈਆਂ ਚੀਜ਼ਾਂ ਇਹ ਕਨਸੈਪਟ ਫਾਰਸੀ ਕਲਾ ਤੋਂ ਲਏ ਗਏ ਤੁਸੀਂ ਦੇਖੋ ਨਾ ਅਸ਼ੋਕ ਨੇ ਇੱਕ ਥੰਮ ਬਣਾਇਆ ਤੇ ਥੰਮ ਦੇ ਉੱਤੇ ਕਿਸੇ ਨਾ ਕਿਸੇ ਜਾਨਵਰ ਦੀ ਹੁੰਦੀ ਮੂਰਤੀ ਇਹ ਇਹ ਕਨਸੈਪਟ ਕਿੱਥੋਂ ਆ ਫਾਰਸੀ ਕਲਾ ਤੋਂ ਠੀਕ ਹੈ ਜੀ ਅਸ਼ੋਕ ਦੁਆਰਾ ਫਰਮਾਨ ਜਾਰੀ ਕਰਨਾ ਅਤੇ ਫਰਮਾਨਾ ਵਿੱਚ ਵਰਤੀ ਗਈ ਸ਼ਬਦਾਵਲੀ ਇਹ ইরਾਨੀ ਪ੍ਰਭਾਵ ਸਦਕੇ ਹੀ ਹੈ ইরਾਨੀ ਪ੍ਰਭਾਵ ਆ ਇਹਦੇ ਵਿੱਚ ਵੀ ਠੀਕ ਹੈ ਜੀ ਅੱਗੇ ਕਹ ਲਾਂਦੀ ਹੈ ਜੀ ਸਿਕੰਦਰ ਦਾ ਹਮਲਾ ਸਿਕੰਦਰ ਦਾ ਭਾਰਤ ਉੱਤੇ ਹਮਲਾ ਕਦੋਂ ਹੋਇਆ ਜੀ 327 ਤੋਂ 325 ਈਸਾ ਪੂਰਵ ਇਹ ਡੇਟ ਇੰਪੋਰਟੈਂਟ ਆ ਕਦੋਂ ਸਿਕੰਦਰ ਨੇ ਹਮਲਾ ਕੀਤਾ 372 ਤੋਂ 325 ਸਾਪੂਰਵ ਠੀਕ 34ਵੀਂ ਸਦੀ ਦੇ ਕਰੀਬ 34ਵੀਂ ਸਦੀ ਦੇ ਅੰਤ ਵਿੱਚ ਲਗਭਗ ਉਸ ਸਮੇਂ ਭਾਰਤ ਦੀ ਰਾਜਨੀਤਿਕ ਸਥਿਤੀ ਪਹਿਲਾਂ ਦੇਖ ਲਈਏ ਕਿਸ ਤਰ੍ਹਾਂ ਦੀ ਸੀ ਸਿਕੰਦਰ ਦੇ ਹਮਲੇ ਦੌਰਾਨ ਭਾਰਤ ਦੀ ਰਾਜਨੀਤਿਕ ਸਥਿਤੀ ਰਾਜਨੀਤਿਕ ਸਥਿਤੀ ਪੋਲੀਟੀਕਲ ਹਾਲਾਤ ਕਿਸ ਤਰ੍ਹਾਂ ਦੇ ਸੀ ਇਹ ਤੁਸੀਂ ਯਾਦ ਰੱਖਣਾ ਕਿ ਉੱਤਰ ਪੱਛਮ ਭਾਰਤ ਵਿੱਚ ਖਾਸ ਤੌਰ ਤੇ ਸਾਡੇ ਪੰਜਾਬ ਸਾਈਡ ਵਿੱਚ ਇੱਥੇ ਤਾਂ ਛੋਟੇ-ਛੋਟੇ ਰਾਜੇ ਸੀ ਛੋਟੇ-ਛੋਟੇ ਰਾਜੇ ਰਾਜ ਕਰਦੇ ਸੀ ਆਪਣੇ ਆਪਣੇ ਏਰੀਆ ਵਿੱਚ ਤਾਂ ਇਹਨਾਂ ਦੀ ਆਪਸ ਵਿੱਚ ਬਹੁਤੀ ਬਣਦੀ ਨਹੀਂ ਸੀ ਇਸ ਕਰਕੇ ਜਦੋਂ ਨਾਰਥ-ਵੈਸਟ ਵੱਲੋਂ ਕੋਈ ਹਮਲਾ ਹੁੰਦਾ ਸੀ ਤਾਂ ਇਹ ਜੁਨਾਈਟ ਹੋ ਕੇ ਨਹੀਂ ਸੀ ਲੜਦੇ ਜੁਨਾਈਟ ਹੋ ਕੇ ਨਹੀਂ ਸੀ ਲੜਦੇ ਇੱਥੋਂ ਤੱਕ ਕਿ ਇਹਨਾਂ ਦੇ ਹੀ ਬੰਦੇ ਉਹਨਾਂ ਦੀ ਹੈਲਪ ਕਰਦੇ ਸੀ ਇਹ ਤੁਸੀਂ ਹਿਸਟਰੀ ਦੇਖ ਲਓ ਜੀ ਹੁਣ ਤੁਸੀਂ ਦੇਖੋ ਸਿਕੰਦਰ ਨੇ ਹਮਲਾ ਕੀਤਾ ਤਾਂ ਅੰਬੀ ਰਾਜਾ ਸੀ ਜਿਹੜਾ ਤਕਸਲਾ ਦਾ ਉਹਨਾਂ ਜਾ ਕੇ ਸਿਕੰਦਰ ਦਾ ਹੱਥ ਨਾਲ ਹੱਥ ਮਲਾਇਆ ਕਿਉਂਕਿ ਉਹਨੂੰ ਇਹ ਸੀਗਾ ਕਿ ਪੁਰਸ ਨਾਲ ਮੇਰੀ ਲੱਗਦੀ ਆ ਇਸੇ ਹਿਸਾਬ ਨਾਲ ਅਫਗਾਨੀ ਦੇ ਹਮਲੇ ਜਦੋਂ ਹੋਏ ਜਾਂ ਬਾਬਰ ਦਾ ਹਮਲਾ ਹੋਇਆ ਹਨ ਉਹ ਵੀ ਇੱਥੋਂ ਦੇ ਲੋਕਲ ਰੂਲਰਸ ਨੇ ਉਹਨਾਂ ਦੀ ਹੈਲਪ ਕੀਤੀ ਆਪਸ ਵਿੱਚ ਟੁੱਟੇ ਹੋਏ ਸੀਗੇ ਨਾਰਥ-ਵੈਸਟ ਵਿੱਚ ਨਾਰਥ-ਵੈਸਟ ਇੰਡੀਆ ਵਿੱਚ ਆ ਪੰਜਾਬ ਸਾਈਡ ਠੀਕ ਰਾਜਨੀਤਿਕ ਸਥਿਤੀ ਪੜ੍ਹ ਲੈਣੀ ਪਹਿਲਾਂ ਜੀ ਅਸੀਂ ਫਾਰਸੀ ਹਮਲੇ ਦੀਆਂ 2 ਸਦੀਆਂ ਬਾਅਦ ਹਨਾ 200 ਸਾਲ ਬਾਅਦ ਮਕਦੋਨੀਆ ਦੇ ਸਿਕੰਦਰ ਨੇ ਭਾਰਤ ਉੱਤੇ ਹਮਲਾ ਕੀਤਾ ਮਕਦੋਨੀਆ ਮਕਦੋਨੀਆ ਇਹ ਗ੍ਰੀਸ ਤੋਂ ਉੱਤੇ ਆ ਛੋਟਾ ਜਿਹਾ ਏਰੀਆ ਛੋਟਾ ਜਿਹਾ ਹੁਣ ਹੈ ਇਸ ਵੇਲੇ ਤਾਂ ਦੇਸ਼ ਬਣ ਗਿਆ ਜੀ ਮਕਦੋਨੀਆ ਗ੍ਰੀਸ ਤੋਂ ਉੱਤੇ ਆ ਜੀ ਇਹ ਗ੍ਰੀਕੀ ਹੋਇਆ ਜੀ ਇਹ ਇਹ ਵੀ ਗ੍ਰੀਕੀ ਸੀ ਠੀਕ ਹੈ ਆ ਦੇਖ ਲੈਣੇ ਜੀ ਨਕਸ਼ਾ ਆ ਦੇਖੋ ਗ੍ਰੀਸ ਆ ਮਤਲਬ ਗ੍ਰੀਕ ਹਨਾ ਯੂਨਾਨੀ ਯੂਨਾਨ ਆ ਅਲਬਾਨੀਆ ਤੇ ਆ ਮਕਦੋਨੀਆ ਇੱਥੋਂ ਦਾ ਸੀਗਾ ਸਿਕੰਦਰ ਉਸ ਦੇ ਹਮਲੇ ਦੀ ਪੂਰਬ ਸੰਧਿਆ ਤੇ ਮਤਲਬ ਜਦੋਂ ਉਸ ਨੇ ਹਮਲਾ ਕੀਤਾ ਉਸ ਵੇਲੇ ਉੱਤਰ ਪੱਛਮੀ ਭਾਰਤ ਵਿੱਚ ਬਹੁਤ ਸਾਰੇ ਛੋਟੇ-ਛੋਟੇ ਰਾਜ ਸਨ ਇਹਨਾਂ ਦੇ ਪ੍ਰਮੁੱਖ ਰਾਜੇ ਦੇਖ ਲਓ ਜੀ ਜ਼ਿਆਦਾ ਡਿਟੇਲ 'ਚ ਨਹੀਂ ਆਪਾਂ ਜਾਵਾਂਗੇ ਇੱਕ ਦੋ ਹੀ ਚੱਕਦੇ ਹਾਂ ਤਕਸ਼ਲਾ ਦਾ ਅੰਬੀ ਅਤੇ ਪੋਰਸ ਜੋ ਜੇਲਮ ਅਤੇ ਚਨਾਬ ਦੀਆਂ ਨਦੀਆਂ ਦੇ ਵਿਚਕਾਰਲੇ ਖੇਤਰ ਉੱਤੇ ਰਾਜ ਕਰਦੇ ਸਨ ਤਕਸ਼ਲਾ ਉਹਦਾ ਸੀ ਅੰਬੀ ਪੋਰਸ ਸੀਗਾ ਇੱਥੇ ਜੇਲਮ ਤੇ ਚਨਾਬ ਦੋ ਦਰਿਆ ਉਹਨਾਂ ਦੇ ਵਿਚਕਾਰਲੇ ਏਰੀਆ ਉੱਤੇ ਰਾਜ ਕਰਦਾ ਸੀ ਪੋਰਸ ਸੰਖੇਪ ਵਿੱਚ ਉੱਤਰ ਪੱਛਮੀ ਭਾਰਤ ਭਾਰਤ ਦਾ ਸਭ ਤੋਂ ਅਖੰਡਿਤ ਹਿੱਸਾ ਸੀ ਆ ਅਖੰਡਿਤ ਜੁਆਇੰਟ ਨਹੀਂ ਸੀ ਛੋਟੇ ਛੋਟੇ ਏਰੀਆ ਸੀ ਇਹਨਾਂ ਦੇ ਵੰਡੇ ਹੋਏ ਸੀ ਰਾਜ ਛੋਟੇ ਛੋਟੇ ਅਤੇ ਸ਼ਾਸਕ ਆਪਸ ਵਿੱਚ ਲੜਦੇ ਰਹਿੰਦੇ ਸਨ ਉਹ ਕਦੇ ਵੀ ਸਾਂਝੇ ਦੁਸ਼ਮਣ ਦੇ ਵਿਰੁੱਧ ਇਕੱਠੇ ਨਹੀਂ ਹੁੰਦੇ ਸਨ ਠੀਕ ਹੈ ਜੁਆਇੰਟ ਹੋ ਕੇ ਨਹੀਂ ਲੜੇ ਜੇ ਸਿਕੰਦਰ ਨੇ ਅਟੈਕ ਕੀਤਾ ਤਾਂ ਸਿਕੰਦਰ ਦਾ ਸਾਹਮਣਾ ਇਕੱਠੇ ਹੋ ਕੇ ਨਹੀਂ ਕੀਤਾ ਬਸ ਸਿਕੰਦਰ ਫਿਰ ਇੱਕ ਇੱਕ ਨੂੰ ਹਰਾਉਂਦਾ ਗਿਆ ਫਿਰ ਵੀ ਫਿਰ ਵੀ ਸਿਕੰਦਰ ਲਈ ਜਿੱਤਾਂ ਹਾਸਲ ਕਰਨੀਆਂ ਆਸਾਨ ਨਹੀਂ ਰਹੀਆਂ ਸਿਕੰਦਰ ਨੂੰ ਕਾਫੀ ਮੁਸ਼ਕਲ ਕਰਨੀ ਪਈ ਸੀ ਚਾਹੇ ਇਹ ਛੋਟੇ-ਛੋਟੇ ਪ੍ਰਾਂਤ ਸੀ ਪਰ ਫਿਰ ਵੀ ਇਹਨਾਂ ਨੇ ਕਾਫੀ ਰਿਸਿਸਟੈਂਸ ਕਾਫੀ ਕਿ ਆਪਣਾ ਕਹਿੰਦੇ ਸਾਹਮਣਾ ਕੀਤਾ ਸਿਕੰਦਰ ਦੀਆਂ ਫੌਜਾਂ ਦਾ ਹੁਣ ਗੱਲ ਕਰਦੇ ਹਾਂ ਜੀ ਹਮਲੇ ਦੇ ਕਾਰਨ ਸਿਕੰਦਰ ਨੇ ਭਾਰਤ ਤੇ ਹਮਲਾ ਕਿਉਂ ਕੀਤਾ ਤੁਸੀਂ ਤੁਸੀਂ ਸੋਚ ਕੇ ਦੇਖੋ ਬੇਸਿਕਲੀ ਸਭ ਤੋਂ ਮੇਨ ਇਹ ਸੀਗਾ ਕਿ ਉਪਜਾਊ ਖੇਤਰਾ ਪੰਜਾਬ ਤੇ ਦੂਸਰਾ ਇਹ ਮੰਨਿਆ ਜਾਂਦਾ ਸੀ ਕਿ ਪੰਜਾਬ ਤੋਂ ਬਾਅਦ ਭਾਰਤ ਤੋਂ ਬਾਅਦ ਕੀ ਹੈ ਸਮੁੰਦਰ ਸ਼ੁਰੂ ਹੋ ਜਾਂਦਾ ਤੇ ਸਿਕੰਦਰ ਨੂੰ ਇਹ ਜਗ੍ਹਾ ਕਿ ਜੇ ਅਸੀਂ ਇਹ ਭਾਰਤ ਵਾਲਾ ਹਿੱਸਾ ਜਿੱਤ ਲਿਆ ਜੇ ਭਾਰਤ ਵਾਲਾ ਹਿੱਸਾ ਜਿੱਤ ਲਿਆ ਤਾਂ ਇਹਦਾ ਮਤਲਬ ਅਸੀਂ ਦੁਨੀਆ ਫਤਿਹ ਕਰ ਲਈ ਕਿਉਂਕਿ ਦੁਨੀਆ ਇਹ ਭਾਰਤ ਤੋਂ ਬਾਅਦ ਕੀ ਹੈ ਸਮੁੰਦਰ ਇਹ ਮੰਨਿਆ ਜਾਂਦਾ ਸੀ ਇਸ ਦਾ ਉਹਦੇ ਕੁਝ ਕੁ ਕਾਰਨ ਸੀ ਪੜ ਲੈਣੇ ਜੀ ਸਿਕੰਦਰ 334 ਈਸਾ ਪੂਰਬ ਵਿੱਚ ਆਪਣੇ ਪਿਤਾ ਫਿਲਿਪ ਦੀ ਮੌਤ ਤੋਂ ਬਾਅਦ ਮਕਦੋਨੀਆ ਦੀ ਗੱਦੀ ਉੱਤੇ ਬੈਠਾ ਉਸਨੇ 330 ਈਸਵੀ ਪੂਰਬ ਵਿੱਚ ਅਰਬੀਲਾ ਦੀ ਲੜਾਈ ਵਿੱਚ ਦਾਰਾ ਤਿੰਨ ਨੂੰ ਹਰਾ ਕੇ ਪੂਰੇ ਫਾਰਸ ਨੂੰ ਜਿੱਤ ਲਿਆ ਹੁਣ ਕੀ ਆ ਫਾਰਸ ਉੱਤੇ ਗ੍ਰੀਕੀਆਂ ਦਾ ਕਬਜ਼ਾ ਹੋ ਗਿਆ ਮਤਲਬ ਫਾਰਸ ਨੂੰ ਜਿੱਤ ਲਿਆ ਈਰਾਨ ਵਾਲਾ ਏਰੀਆ ਮੈਂ ਦੱਸਿਆ ਨਾ ਕਿ ਦੋ ਇਹ ਏਰੀਆ ਸੀ ਫਾਰਸੀ ਤੇ ਗ੍ਰੀਕੀ ਯੂਨਾਨੀ ਇਹ ਆਪਸ ਚ ਲੜਦੇ ਰਹਿੰਦੇ ਸੀ ਵੱਡੇ ਵੱਡੇ ਅੰਪਾਇਰ ਸੀ ਕਦੇ ਇੱਕ ਦੂਸਰੇ ਤੇ ਡੋਮੀਨੇਟ ਹੋ ਜਾਂਦਾ ਸੀ ਕਦੇ ਦੂਸਰਾ ਪਹਿਲੇ ਤੇ ਡੋਮੀਨੇਟ ਹੋ ਜਾਂਦਾ ਸੀ ਤਾਂ ਇਸ ਨੇ ਫਾਰਸ ਨੂੰ ਜਿੱਤ ਲਿਆ ਦਾਰਾ ਤਿੰਨ ਨੂੰ ਹਰਾ ਕੇ ਭਾਰਤ ਦੀ ਸ਼ਾਨਦਾਰ ਦੌਲਤ ਬਾਰੇ ਹੈਰੋਡੋਟਸ ਵਰਗੇ ਯੂਨਾਨੀ ਲੇਖਕਾਂ ਦੀਆਂ ਲਿਖਤਾਂ ਨੇ ਅਲੈਗਜ਼ੈਂਡਰ ਮਤਲਬ ਸਿਕੰਦਰ ਨੂੰ ਆਕਰਸ਼ਿਤ ਕੀਤਾ ਹੁਣ ਹੈਰੋਡੋਟਸ ਨੇ ਲਿਖਿਆ ਕਿ ਹਾਂ ਵੀ ਭਾਰਤ ਵਿੱਚ ਬਹੁਤ ਜ਼ਿਆਦਾ ਦੌਲਤ ਹੈ ਇਹ ਗੱਲਾਂ ਪੜ ਕੇ ਸਿਕੰਦਰ ਕਹਿੰਦਾ ਯਾਰ ਮੈਂ ਵੀ ਭਾਰਤ ਨੂੰ ਜਿੱਤਣਾ ਆ ਇਸ ਤੋਂ ਇਲਾਵਾ ਭੂਗੋਲਿਕ ਜਾਂਚ ਵਿੱਚ ਉਸ ਦੀ ਦਿਲਚਸਪੀ ਸਿਕੰਦਰ ਦਾ ਕਾਫੀ ਇੰਟਰਸਟ ਸੀ ਜੀਓਗ੍ਰਾਫੀ ਵਿੱਚ ਵੀ ਅੱਗੇ ਕੀ ਆ धरती फिर पहाड़ आगे समुंदर आगे की आ इस तरह दन चलिया गल् भूगोलिक जांच पड़ताल करनी कुदरती इतिहास के प्यार ने नैचुरल हिस्टरी की आ किसी एना भी असि किस तरह के आूसरे लोग किस तरह के आ सारा की से वे अंदर ख्वाहिशा सगिया इस करके इस सब करके पहाड़े हमले करने प्रेरित हो गया ठीक है जी भी मैं भी देखा जितना यह सारा एरिया ਉਸ ਦਾ ਮੰਨਣਾ ਸੀ ਕਿ ਭਾਰਤ ਦੇ ਪੂਰਬੀ ਪਾਸੇ ਉਸ ਦੇ ਸਮੇਂ ਦੇ ਪਗੋਲੀ ਗਿਆਨ ਅਨੁਸਾਰ ਸਮੁੰਦਰ ਦੀ ਨਿਰੰਤਰਤਾ ਸੀ ਮਤਲਬ ਭਾਰਤ ਦੇ ਈਸਟ ਵਾਲ ਸਾਈਡ ਪੂਰਬ ਵਾਲ ਕੀਆ ਸਮੁੰਦਰ ਆ ਜਾਂਦਾ ਇਹਦਾ ਮਤਲਬ ਭਾਰਤ ਤੱਕ ਹੀ ਧਰਤੀ ਆ ਉਸ ਤੋਂ ਬਾਅਦ ਸਮੁੰਦਰ ਆ ਜਾਂਦਾ ਜੇ ਮੈਂ ਭਾਰਤ ਨੂੰ ਜਿੱਤ ਲਿਆ ਇਹਦਾ ਮਤਲਬ ਮੈਂ ਪੂਰੀ ਦੁਨੀਆ ਫਤਿਹ ਕਰ ਲਈ ਇਸ ਲਈ ਉਸ ਨੇ ਸੋਚਿਆ ਕਿ ਭਾਰਤ ਨੂੰ ਜਿੱਤ ਕੇ ਉਹ ਦੁਨੀਆ ਦੀ ਪੂਰਬੀ ਸੀਮਾ ਨੂੰ ਵੀ ਜਿੱਤ ਲਵੇਗਾ ਇਹ ਉਸ ਦੀ ਸੋਚ ਸੀ ਵੀ ਇਸ ਤਰ੍ਹਾਂ ਮੈਂ ਕਰ ਲਾਂਗਾ ਠੀਕ ਹੈ ਜੀ ਹੁਣ ਗੱਲ ਆਉਂਦੀ ਹੈ ਹਿਦਾਪਸਸ ਦੀ ਲੜਾਈ ਹਿਦਾਪਸਸ ਪੰਜਾਬੀ ਵਿੱਚ ਹਿਦਾਪਸਸ ਕਹੋ ਅੰਗਰੇਜ਼ੀ ਵਿੱਚ ਹਾਈਡੈਪਸਸ ਆ ਇਹ ਜੇਲਮ ਨੂੰ ਕਹਿੰਦੇ ਜੀ ਜੇਲਮ ਦਰਿਆ ਨੂੰ ਕਹਿੰਦੇ ਆ ਤਾਂ ਜੇਲਮ ਦਰਿਆ ਦੇ ਕੰਢੇ ਤੇ ਆਪਣੇ ਸਿਕੰਦਰ ਦੀ ਲੜਾਈ ਹੋਈ ਸੀ ਪੋਰਸ ਨਾਲ ਇਸੇ ਕਰਕੇ ਉਸ ਨੂੰ ਕਹਿੰਦੇ ਆ ਹਿਦਾਪਸਸ ਦੀ ਲੜਾਈ ਇਹ ਇੰਪੋਰਟੈਂਟ ਆ ਸਿਕੰਦਰ ਤੇ ਪੋਰਸ ਦੀ ਲੜਾਈ ਕਿਹੜੀ ਕਿਹੜੇ ਦਰਿਆ ਦੇ ਕੰਢੇ ਹੋਈ ਸੀ ਜੇਲਮ ਤੇ ਉਹਨੂੰ ਅੰਗਰੇਜ਼ੀ ਵਿੱਚ ਹੈਡੈਪਸਿਸ ਕਹਿੰਦੇ ਆ ਅੰਗਰੇਜ਼ੀ ਕਹਿ ਲੋ ਜਾਂ ਸ਼ਾਇਦ ਉਂਗਰੀਕੀ ਹੋਗੀ ਮਤਲਬ ਦੂਸਰੀ ਭਾਸ਼ਾ ਵੈਸਟਰਨ ਲੈਂਗੁਏਜ ਵਿੱਚ ਉਹਨੂੰ ਹੈਡੈਪਸਿਸ ਕਹਿੰਦੇ ਆ 37 BC ਬਿਫੋਰ ਕ੍ਰਾਈਸਟ ਇਸਾ ਪੂਰਵ ਵਿੱਚ ਸਿਕੰਦਰ ਨੇ ਹਿੰਦੂ ਕੁਝ ਪਹਾੜਾਂ ਨੂੰ ਪਾਰ ਕੀਤਾ ਅਫਗਾਨਿਸਤਾਨ ਸਾਈਡ ਜਿਹੜੇ ਪਹਾੜ ਆ ਹਿੰਦੂ ਕੁਛ ਉਹ ਪਾਰ ਕਰ ਲੈ ਅਤੇ ਕਬੀਲਿਆਂ ਨਾਲ ਲੜਦਿਆਂ ਤਕਰੀਬਨ 10 ਮਹੀਨੇ ਬਤਾਏ ਇਸ ਏਰੀਏ ਵਿੱਚ ਜ਼ਿਆਦਾ ਕਬੀਲੇ ਲੋਕ ਸੀ ਟ్రਾਈਬਲ ਸੀਗੇ ਅਲੱਗ-ਅਲੱਗ ਗਰੁੱਪ ਸੀ ਉਹਨਾਂ ਨਾਲ ਲੜਦੇ-ਲੜਦੇ ਉਹਨਾਂ ਨੂੰ ਹਰਾ-ਹਰਾ ਕੇ ਤਕਰੀਬਨ 10 ਮਿੰਨੇ ਲੱਗ ਗਏ ਠੀਕ ਹੈ ਜੀ ਫਿਰ ਉਸਨੇ ਫਰਵਰੀ 326 ઈਸਾ ਪੂਰਬ ਵਿੱਚ ਸਿੰਧ ਨੂੰ ਪਾਰ ਕੀਤਾ ਸਿੰਧੂ ਨਦੀ ਨੂੰ ਪਾਰ ਕਰ ਲਿਆ ਕਿਸ਼ਤੀਆਂ ਦੇ ਪੁੱਲ ਦੀ ਮਦਦ ਨਾਲ ਤਕਸਲਾ ਦੇ ਸ਼ਾਸਕ ਅੰਬੀ ਨੇ ਉਸ ਦਾ ਨਿਕਾ ਸਵਾਗਤ ਕੀਤਾ ਦੇਖੋ ਤਕਸਲਾ ਦਾ ਰਾਜਾ ਅੰਬੀ ਉਸਨੇ ਕਿਹਾ ਵੈਲਕਮ ਸਕੰਦਰ ਵੈਲਕਮ ਮੈਂ ਤੇਰੇ ਨਾਲ ਆ ਉੱਥੋਂ ਸਿਕੰਦਰ ਨੇ ਪੋਰਸ ਨੂੰ ਪੇਸ਼ ਹੋਣ ਦਾ ਸਨੇਹਾ ਭੇਜਿਆ ਵੀ ਪੋਰਸ ਆ ਮੇਰੇ ਸਾਹਮਣੇ ਪਰ ਪੋਰਸ ਨੇ ਇਨਕਾਰ ਕਰ ਦਿੱਤਾ ਅਤੇ ਸਿਕੰਦਰ ਦੇ ਵਿਰੁੱਧ ਲੜਨ ਦਾ ਫੈਸਲਾ ਕੀਤਾ ਫਿਰ ਸਿਕੰਦਰ ਨੇ ਤੈਕਸਲਾ ਤੋਂ ਹਿਦਆਪਸਸ ਮਤਲਬ ਜੇਲਮ ਨਦੀ ਦੇ ਕੰਢੇ ਕੋਚ ਕੀਤਾ ਨਦੀ ਦੇ ਦੂਜੇ ਪਾਸੇ ਉਸ ਨੇ ਪੋਰਸ ਦੀ ਵਿਸ਼ਾਲ ਫੌਜ ਦੇਖੀ ਇਹ ਵੀ ਗੱਲ ਤੁਸੀਂ ਦੇਖੋ ਕਿ ਪੋਰਸ ਦੀ ਸੈਨਾ ਜ਼ਿਆਦਾ ਸੀ ਸੰਖਿਆ ਵਿੱਚ ਪੋਰਸ ਦੀ ਸੈਨਾ ਜ਼ਿਆਦਾ ਸੀ ਨਦੀ ਵਿੱਚ ਭਾਰੀ ਹੜ ਆਉਣ ਕਾਰਨ सिकंदर इस नु पार करण ਦੇ ਯੋਗ ਨਹੀਂ ਸੀ ਦਰਿਆ ਪਾਰ ਨਹੀਂ ਕੀਤਾ ਕੁਝ ਦਿਨਾਂ ਬਾਅਦ ਉਸਨੇ ਨਦੀ ਨੂੰ ਪਾਰ ਕੀਤਾ ਅਤੇ ਕੈਰੀ ਦੇ ਮੈਦਾਨਾਂ ਕੈਰੀ ਦੇ ਮੈਦਾਨਾਂ ਤੇ ਹੈਡੈਪਸਸ ਦੀ ਮਸ਼ਹੂਰ ਲੜਾਈ ਹੋਈ ਲੜਾਈ ਲੜੀ ਗਈ ਇਹ ਇੱਕ ਚੰਗੀ ਤਰ੍ਹਾਂ ਲੜੀ ਗਈ ਲੜਾਈ ਸੀ ਮਤਲਬ ਕਾਫੀ ਵੈਲ ਫੋਰਟ ਬੈਟਲ ਸੀ ਦੋਨੇ ਪਾਸੇ ਦੀਆਂ ਫੌਜਾਂ ਨੇ ਜੀ ਜਾਨ ਲਾਤੀ ਇਹ ਨਹੀਂ ਸੀ ਕਿ ਪੁਰਸ਼ ਕਮਜ਼ੋਰ ਸੀ ਇਸ ਤਰ੍ਹਾਂ ਦੀ ਗੱਲ ਨਹੀਂ ਸੀ ਕਿ ਪੋਰਸ ਦੀ ਸੈਨਾ ਕਮਜ਼ੋਰ ਸੀ ਇਹਨਾਂ ਨੇ ਕੋਈ ਕਹਿ ਨਹੀਂ ਸੀ ਸਕਦਾ ਕੌਣ ਜਿੱਤੇਗਾ ਪਰ ਪੋਰਸ ਹਾਰ ਗਿਆ ਹਾਲਾਂਕਿ ਪੋਰਸ ਕੋਲ ਮਜ਼ਬੂਤ ਫੌਜ ਸੀ ਪਰ ਆਲਰਾਈ ਹਾਰ ਗਿਆ ਠੀਕ ਹੈ ਜੀ ਸਿਕੰਦਰ ਇਸ ਭਾਰਤੀ ਰਾਜਕੁਮਾਰ ਦੀ ਹਿੰਮਤ ਅਤੇ ਬਹਾਦਰੀ ਤੋਂ ਬਹੁਤ ਪ੍ਰਭਾਵਿਤ ਹੋਇਆ ਉਸ ਨਾਲ ਖੁੱਲੇ ਦਿਲ ਨਾਲ ਪੇਸ਼ ਆਇਆ ਅਤੇ ਉਸ ਨੂੰ ਆਪਣੀ ਗੱਦੀ ਤੇ ਬਹਾਲ ਕੀਤਾ ਵੀ ਤੈਨੂੰ ਤੇਰਾ ਰਾਜ ਅਸੀਂ ਵਾਪਸ ਦਿੰਦੇ ਹਾਂ ਇਹ ਕਿਹਾ ਜਾਂਦਾ ਜੀ ਉਹ ਇੱਕ ਕਹਾਣੀ ਆਪਾਂ ਸੁਣੀ ਆ ਨਾ ਕਿ ਸਿਕੰਦਰ ਨੇ ਪੁਲਿਸ ਨੂੰ ਪੁੱਛਿਆ ਕਿ ਦਸਤੇਰ ਦੇ ਨਾਲ ਕਿਸ ਤਰ੍ਹਾਂ ਸਕੂਲ ਕੀਤਾ ਜਾਵੇ ਤਾਂ ਪੁਲਿਸ ਨੇ ਕਿਹਾ ਉਸ ਤਰ੍ਹਾਂ ਦਾ ਸਲੂਕ ਜਿਸ ਤਰ੍ਹਾਂ ਦਾ ਇੱਕ ਰਾਜਾ ਦੂਸਰੇ ਰਾਜੇ ਨਾਲ ਕਰਦਾ ਹੈ ਤੇ ਇਸ ਗੱਲ ਤੋਂ ਖੁਸ਼ ਹੋ ਕੇ ਵੈਸੇ ਵੀ ਉਹਦੀ ਬਹਾਦਰੀ ਤੋਂ ਵੀ ਤੂੰ ਮੇਰੀ ਅੱਕੇ ਝੁੱਕਿਆ ਨਹੀਂ ਕਿ ਤੂੰ ਮੇਰੀ ਈਨ ਨਹੀਂ ਮੰਨੀ ਤਾਂ ਐਂਡ ਤੱਕ ਲੜਦਾ ਰਿਹਾ ਇਹ ਸਾਰੀ ਗੱਲਾਂ ਕਰਕੇ ਹਿੰਮਤ ਬਹਾਦਰੀ ਇਹ ਸਭ ਕਰਕੇ ਉਸਨੇ ਪੁਲਿਸ ਨੂੰ ਉਸਦੀ ਗੱਦੀ ਵਾਪਸ ਦੇ ਦਿੱਤੀ ਸੀ ਅੱਛਾ ਜੀ ਅੱਗੇ ਨਾ ਫਿਰ ਸਿਕੰਦਰ ਅੱਗੇ ਨਹੀਂ ਸੀ ਆ ਪਾਇਆ ਉਹਨਾਂ ਵਿਆਸ ਦਰਿਆ ਤੋਂ ਮੁੜ ਗਿਆ ਸੀ ਸਿਕੰਦਰ ਵਿਆਸ ਦਰਿਆ ਦੇ ਕੰਢੇ ਤੋਂ ਵਾਪਸ ਮੁੜ ਗਿਆ ਸੀ ਹੁਣੇ ਪ੍ਰਸ਼ਨ ਆ ਸਕਦਾ ਕਿ ਸਿਕੰਦਰ ਕਿੱਥੇ ਤੱਕ ਆਇਆ ਸੀ ਦੇਖੋ ਪੋਰਸ ਨਾਲ ਲੜਾਈ ਲੜੀ ਜੇਲਮ ਨਦੀ ਦਰਿਆ ਦੇ ਕੰਢੇ ਤੇ ਵਾਪਸ ਉਹ ਮੁੜਿਆ ਸੀ ਵਿਆਸ ਦਰਿਆ ਦੇ ਕੰਢੇ ਤੋਂ ਕਹਿੰਦੇ ਅੱਜ ਵੀ ਉੱਥੇ ਇੱਕ ਥੰਬ ਹੈਗਾ ਆ ਮਿਲਿਆ ਗਿਆ ਜਿੱਥੇ ਲਿਖਿਆ ਸੀ ਵੀ ਜਿਹੜਾ ਸਿਕੰਦਰ ਆ ਉਹ ਇੱਥੇ ਤੱਕ ਆਇਆ ਸੀ ਉਹ ਹੋਇਆ ਕਿ ਕਿ ਸਿਕੰਦਰ ਦੀਆਂ ਫੌਜਾਂ ਕਾਫੀ ਥੱਕ ਗਈਆਂ ਸੀਗੀਆਂ ਇੱਥੋਂ ਦਾ ਵਾਤਾਵਰਣ ਵੀ ਉਹਨਾਂ ਦੇ ਅਨੁਕੂਲ ਨਹੀਂ ਸੀ ਉਹ ਬਿਮਾਰ ਹੋ ਰਹੇ ਸੀ ਲੋਕ ਮਰ ਰਹੇ ਸੀ ਫਿਰ ਉਹਨਾਂ ਨੇ ਕਿਹਾ ਸਿਕੰਦਰ ਅਸੀਂ ਅੱਗੇ ਨਹੀਂ ਲੜਨਾ ਫਿਰ ਸਿਕੰਦਰ ਵੀ ਮੰਨ ਗਿਆ ਫਿਰ ਉਹ ਵਾਪਸ ਮੁੜ ਗਏ ਵਾਪਸ ਉਸੇ ਰਸਤੇ ਰਾਹੀਂ ਨਹੀਂ ਗਏ ਜਿੱਥੋਂ ਆਏ ਸੀ ਦੂਸਰੇ ਰਸਤੇ ਰਾਹੀਂ ਗਏ ਤਾਂ ਫਿਰ ਅੱਗੇ ਜਾ ਕੇ ਬੈਬਿਲੋਨ ਪਹੁੰਚ ਕੇ ਸਿਕੰਦਰ ਇੱਕਦਮ ਬਿਮਾਰ ਪੈ ਗਿਆ ਤੇ ਐਕਸਪਾਇਰ ਕਰ ਗਿਆ ਸੀ ਪੜ੍ਹਨੇ ਹਾਂ ਜੀ ਸਿਕੰਦਰ ਨੇ ਸਥਾਨਕ ਕਬੀਲਿਆਂ ਦੇ ਵਿਰੋਧ ਦਾ ਸਾਹਮਣਾ ਕਰਦੇ ਹੋਏ ਬਿਆਸ ਦਰਿਆ ਤੱਕ ਆਪਣਾ ਮਾਰਚ ਜਾਰੀ ਰੱਖਿਆ ਕਿੱਥੇ ਤੱਕ ਬਿਆਸ ਦਰਿਆ ਤੱਕ ਉਹ ਕੰਗਾ ਘਾਟੀ ਵੱਲ ਪੂਰਬ ਵੱਲ ਹੋਰ ਵੀ ਅੱਗੇ ਵਧਣਾ ਚਾਹੁੰਦਾ ਸੀ ਪਰ ਉਹ ਅਚੇਹਾ ਨਹੀਂ ਕਰ ਸਕਿਆ ਕਿਉਂਕਿ ਉਸਦੇ ਸਿਪਾਈਆਂ ਨੇ ਲੜਨ ਤੋਂ ਇਨਕਾਰ ਕਰ ਦਿੱਤਾ ਲੰਮੀ ਲੜਾਈਆਂ ਕਟਨਾਈਆਂ ਨੇ ਉਨ੍ਹਾਂ ਨੂੰ ਥਕਾ ਦਿੱਤਾ ਸੀ ਅਤੇ ਉਹ ਘਰ ਪਰਤਣਾ ਚਾਹੁੰਦੇ ਸਨ ਸਿਪਾਹੀ ਘਰ ਪਰਤਣਾ ਚਾਹੁੰਦੇ ਸਨ ਕਾਫੀ ਥੱਕ ਗਏ ਸੀ ਸਿਕੰਦਰ ਉਨ੍ਹਾਂ ਨੂੰ ਮਨਾ ਨਹੀਂ ਕਰ ਸਕਿਆ ਜਾਂ ਸਿੰਪਲੀ ਕਹਿ ਲਿਆ ਮਨਾ ਨਹੀਂ ਸਕਿਆ ਅਤੇ ਇਸ ਲਈ ਵਾਪਸ ਜਾਣ ਦਾ ਫੈਸਲਾ ਕੀਤਾ ਉਸਨੇ ਭਾਰਤ ਵਿੱਚ ਆਪਣੇ ਜਿੱਤੇ ਹੋਏ ਇਲਾਕਿਆਂ ਦੀ ਦੇਖਭਾਲ ਲਈ ਪ੍ਰਬੰਧ ਕੀਤੇ ਜਿਹੜਾ ਏਰੀਆ ਜਿੱਤਿਆ ਸੀ ਭਾਰਤ ਵਿੱਚ ਉਹਨੂੰ ਆਪਣੇ ਅਲੱਗ-ਅਲੱਗ ਗਵਰਨਰਾਂ ਨੂੰ ਦੇ ਦਿੱਤਾ ਤਿੰਨ ਹਿੱਸੇ 'ਚ ਵੰਡਤਾ ਆ 13 ਵੀ ਆ 13 ਵੀ ਆ 13 ਉਸਨੇ ਸਿੰਧ ਤੋਂ ਲੈ ਕੇ ਵਿਆਸ ਤੱਕ ਦਾ ਸਾਰਾ ਇਲਾਕਾ ਤਿੰਨ ਸੂਬਿਆਂ ਵਿੱਚ ਵੰਡ ਕੇ ਆਪਣੇ ਗਵਰਨਰਾਂ ਦੇ ਅਧੀਨ ਕਰ ਦਿੱਤਾ ਅਕਤੂਬਰ 326 ਈਸਾ ਪੂਰਵ ਵਿੱਚ ਉਸ ਦੀ ਵਾਪਸੀ ਸ਼ੁਰੂ ਹੋਈ ਅਤੇ ਵਾਪਸੀ ਦੀ ਯਾਤਰਾ ਕਠਿਨਾਈਆਂ ਤੋਂ ਮੁਕਤ ਨਹੀਂ ਸੀ ਇਹ ਵੀ ਗੱਲ ਆ ਜਦੋਂ ਉਹ ਵਾਪਸ ਗਿਆ ਤਾਂ ਇਹ ਨਹੀਂ ਕਿ ਆਰਾਮਨੱਲ ਆਪਣੇ ਘਰ ਪਹੁੰਚ ਗਿਆ ਵਾਪਸ ਜਾਣ ਲੱਗੇ ਉਹ ਦੂਸਰਾ ਰਸਤਾ ਅਪਣਾਇਆ ਭਾਰਤ ਵਿੱਚੋਂ ਦੀ ਇਧਰ ਦੀ ਗਿਆ ਸਿੰਧ ਵੱਲ ਦੀ ਤੇ ਰਾਹ ਵਿੱਚ ਕਈ ਕਬੀਲਿਆਂ ਨੇ ਉਸਤੇ ਅਟੈਕ ਕੀਤਾ ਬਹੁਤ ਸਾਰੇ ਰਿਪਬਲਿਕਨ ਕਬੀਲਿਆਂ ਨੇ ਉਸ ਦੀ ਫੌਜ ਤੇ ਹਮਲਾ ਕੀਤਾ ਕਿਸੇ ਤਰ੍ਹਾਂ ਉਹ ਸਿੰਧ ਤੋਂ ਪਾਰ ਪਹੁੰਚਣ ਵਿੱਚ ਕਾਮਯਾਬ ਰਿਹਾ ਮਤਲਬ ਕਾਮਯਾਬ ਹੋ ਗਿਆ ਫਿਰ ਵੀ ਚਲਾ ਗਿਆ ਸਿੰਧ ਪਾਰ ਕਰ ਲਿਆ ਰਸਤੇ ਵਿੱਚ ਉਹ ਬੈਬਿਲੋਂ ਪਹੁੰਚਿਆ ਕਿੱਥੇ ਬੈਬਿਲੋਂ ਜਿੱਥੇ ਉਹ ਗੰਭੀਰ ਰੂਪ ਵਿੱਚ ਬਿਮਾਰ ਹੋ ਗਿਆ ਹਤੇ 323 ਈਸਵੀ ਪੂਰਵ ਵਿੱਚ ਉਸ ਦੀ ਮੌਤ ਹੋ ਗਈ ਐਕਸਪਾਇਰ ਕਰ ਗਿਆ ਘੱਟ ਉਮਰ ਵਿੱਚ ਹੀ ਮਰ ਗਿਆ ਸੀ ਉਹ ਆ ਦੇਖ ਲੋ ਜੀ ਆਇਆ ਜੀ ਗ੍ਰੀਸ ਦੇ ਉੱਤੇ ਏਰੀਆ ਮਕਦੋਨੀਆ ਇਸ ਮਕਦੋਨੀਆ ਏਰੀਆ ਤੋਂ ਚੱਲਿਆ ਸਿਕੰਦਰ ਇਦਾਂ ਇਦਾਂ ਆਇਆ ਇਦਾਂ ਇਦਾਂ ਆਇਆ ਇਦਾਂ ਆ ਜੇਲਮ ਦਰੇ ਆਦ ਲਾ ਕੇ ਪੁਲਿਸ ਨਾਲ ਲੜਾਈ ਕੀਤੀ ਫਿਰ ਇੱਥੇ ਤੱਕ ਗਿਆ ਵਿਆਸ ਤੱਕ ਫਿਰ ਵਾਪਸ ਮੁੜ ਗਿਆ ਜੀ ਵਾਪਸ ਇਸ ਤਰ੍ਹਾਂ ਗਿਆ ਇਸ ਤਰ੍ਹਾਂ ਗਿਆ ਤੇ ਆਹ ਹੈ ਜੀ ਬੈਬਿਲਨ ਇਰਾਕ ਦੇ ਥੱਲੇ ਬੈਬਿਲਨ ਬਗਦਾਦ ਦੇ ਲਾ ਕੇ ਬੈਬਿਲਨ ਇੱਥੇ ਜਾ ਕੇ ਉਹ ਬਿਮਾਰ ਪੈ ਗਿਆ ਤੇ ਐਕਸਪਾਇਰ ਕਰਕੇ ਆ ਮਰ ਗਿਆ ਅੱਛਾ ਜੀ ਅੱਗੇ ਹੈ ਜੀ ਸਿਕੰਦਰ ਦੇ ਹਮਲੇ ਦੇ ਪ੍ਰਭਾਵ ਜੋ ਸਿਕੰਦਰ ਨੇ ਹਮਲਾ ਕੀਤਾ ਤੇ ਭਾਰਤ ਤੇ ਕੀ ਪ੍ਰਭਾਵ ਪਿਆ ਉਹਦਾ ਕੀ ਇਫੈਕਟ ਪਿਆ ਇਸ ਤਰ੍ਹਾਂ ਦੇ ਪ੍ਰਸ਼ਨ ਸਬਜੈਕਟਿਵ ਕਾਫੀ ਆ ਜਾਂਦੇ ਆ ਸਿਕੰਦਰ ਦੇ ਹਮਲੇ ਦਾ ਤੁਰੰਤ ਪ੍ਰਭਾਵ ਇਹ ਸੀ ਕੀ ਇਮੀਡੀਏਟ ਇਫੈਕਟ ਕੀ ਸੀ ਕਿ ਇਸ ਨੇ ਮੌਰੀਆ ਦੇ ਅਧੀਨ ਉੱਤਰੀ ਭਾਰਤ ਦੇ ਰਾਜਨੀਤਿਕ ਇਕੀਕਰਨ ਨੂੰ ਉਤਸ਼ਾਹਿਤ ਕੀਤਾ ਦੇਖੋ ਨਾਰਥ-ਵੈਸਟ ਇੰਡੀਆ ਵਿੱਚ ਸਾਰੇ ਰਾਜ ਕਈ ਰਾਜ ਸੀ ਉਹ ਟੁੱਟੇ-ਟੁੱਟੇ ਛੋਟੇ-ਛੋਟੇ ਰਾਜ ਸੀ ਹੁਣ ਜਦੋਂ ਇੰਨੇ ਏਰੀਏ ਨੂੰ ਸਿਕੰਦਰ ਨੇ ਆਪਣੇ ਅਧੀਨ ਕਰ ਲਿਆ ਉੱਤਰ ਪੱਛਮ ਨੂੰ ਤਾਂ ਬਾਅਦ ਵਿੱਚ ਸਿੱਧਾ-ਸਿੱਧਾ ਇੱਕ ਜੁਨਨਟ ਮਿਲ ਗਿਆ ਕਿੰਨੂੰ ਚੰਦਰਗੁਪਤ ਮੌਰੀਆ ਨੂੰ ਤਾਂ ਚੰਦਰਗੁਪਤ ਮੌਰੀਆ ਨੇ ਜਿਹੜਾ ਆਪਣਾ ਰਾਜ ਸਥਾਪਿਤ ਕੀਤਾ ਉਹਦੇ ਵਿੱਚ ਅਹਿਮ ਯੋਗਦਾਨ ਰਿਹਾ ਸਿਕੰਦਰ ਦੇ ਆਕਰਮਣ ਦਾ ਕਿਉਂਕਿ ਜੇ ਮੰਨ ਲਓ ਚੰਦਰਗੁਪਤ ਮੌਰੀਆ ਹੁੰਦਾ ਉਹਨੂੰ ਇਕੱਲੇ-ਇਕੱਲੇ ਰਾਜਿਆਂ ਨੂੰ ਹਰਾਉਣਾ ਪੈਣਾ ਸੀਗਾ ਹੁਣ ਉਹ ਇਕੱਠੇ ਹੀ ਕੀ ਆ ਮੇਨ-ਮੇਨ ਵੱਡੇ ਰਾਜਿਆਂ ਨੂੰ ਹਰਾ ਕੇ ਖੁਦ ਸਮਰਾਟ ਬਣ ਗਿਆ ਇੱਕੀਕਰਨ ਨੂੰ ਉਤਸ਼ਾਹਿਤ ਕੀਤਾ ਜੁਨਿਟਿਫ ਜੁਨੀਫੀਕੇਸ਼ਨ ਰਾਜਨੀਤਿਕ ਜੁਨੀਫੀਕੇਸ਼ਨ ਪਹਿਲਾਂ ਛੋਟੇ ਰਾਜ ਸੀ ਹੁਣ ਵੱਡਾ ਇੱਕ ਰਾਜ ਬਣ ਗਿਆ ਤੁਸੀਂ ਇਸ ਤਰ੍ਹਾਂ ਦੇਖ ਲਓ ਹੁੰਦਾ ਜਿਸ ਤਰ੍ਹਾਂ ਹੁਣ ਆਜ਼ਾਦੀ ਤੋਂ ਪਹਿਲਾਂ ਬਰਤਾਨੀਆ ਸਰਕਾਰ ਨੇ ਪੂਰੇ ਭਾਰਤ ਤੇ ਰਾਜ ਕੀਤਾ ਉਹਨਾਂ ਤੋਂ ਪਹਿਲਾਂ ਪੂਰਾ ਏਰੀਆ ਛੋਟੇ ਛੋਟੇ ਰਾਜ ਵਿੱਚ ਰਾਜਾਂ ਵਿੱਚ ਵੰਡੇਆ ਹੋਇਆ ਸੀ ਤੇ ਜਦੋਂ ਬ੍ਰਿਟਿਸ਼ਰ ਨੇ ਪੂਰਾ ਇੰਨਾ ਰਾਜ ਕੀਤਾ ਇੱਕ ਯੂਨਿਟ ਤੇ ਤੇ ਜਦੋਂ ਉਹ ਗਏ ਤਾਂ ਇੱਕ ਯੂਨਿਟ ਛੱਡ ਕੇ ਗਏ ਤਾਂ ਫਿਰ ਹੁਣ ਕੀ ਆ ਪੂਰਾ ਇੱਕ ਭਾਰਤ ਆ ਛੋਟੇ ਆਜ਼ਾਦ ਰਾਜਾਂ ਦੀ ਵਿਵਸਥਾ ਦਾ ਅੰਤ ਹੋ ਗਿਆ। ਸਿਕੰਦਰ ਦੇ ਹਮਲੇ ਨੇ ਭਾਰਤ ਅਤੇ ਗ੍ਰੀਸ ਵਿਚਕਾਰ ਮਤਲਬ ਜੁਨਾਨ ਵਿਚਕਾਰ ਸਿੱਧੇ ਸੰਪਰਕ ਦਾ ਵੀ ਰਾਹ ਪੱਧਰਾ ਕਰ ਦਿੱਤਾ ਸੀ। ਉਸ ਨੇ ਰਸਤੇ ਖੋਲਤੇ ਹੁਣ ਡਾਇਰੈਕਟ ਕੰਟੈਕਟ ਹੋਣ ਲੱਗ ਗਿਆ ਭਾਰਤ ਦਾ ਤੇ ਜੁਨਾਨੀ ਲੋਕਾਂ ਦਾ ਗ੍ਰੀਸ ਦਾ। ਹੁਣ ਕੀ ਆ ਫਿਰ ਇਹਨਾਂ? ਗੱਲਾਂ-ਬਾਤਾਂ ਵਧੀਆ, ਵਧੀਆ ਹੈ ਨਾ? ਵਧੀਆ। ਆਪਣੇ ਵਪਾਰ ਵਧੀਆ। ਆਵਾਜਾਈ ਵਧੀ। ਗੱਲਾਂ ਬਾਤਾਂਵਾਰੀਆਂ ਦਾ ਮਤਲਬ ਕਿ ਹੁਣ ਇਹਨਾਂ ਦਾ ਆਪਸ ਵਿਚਾਰ ਬਟਾੰਦਰਾ ਵੀ ਹੋਣ ਲੱਗਾ ਜੁਨਾਨ ਦੇ ਜਿਹੜੇ ਸੀ ਨਾ ਆਪਣੇ ਥਿੰਕਰਸ ਉਹ ਬੜੇ ਮਸ਼ਹੂਰ ਸੀਗੇ ਹੁਣ ਉਹ ਉਹਨਾਂ ਦੀਆਂ ਗੱਲਾਂ ਉਹਨਾਂ ਦੇ ਜੋ ਕਨਸੈਪਟ ਆ ਹੁਣ ਸਾਡੇ ਵੀ ਆਉਣ ਲੱਗੇ ਉਸ ਦੇ ਦੁਆਰਾ ਖੋਲੇ ਗਏ ਰਸਤੇ ਅਤੇ ਉਸ ਦੀ ਸਮੁੰਦਰੀ ਖੋਜਾਂ ਨੇ ਜੋ-ਜੋ ਸਮੁੰਦਰ ਹੋ ਗਿਆ ਸਮੁੰਦਰ ਥਰੂ ਜੋ-ਜੋ ਉਹਨ ਪਾਇਆ ਉਹ ਵੀ ਇੱਕ ਖੋਜਾਂ ਹੀ ਸੀਗੀਆਂ ਇਹਨਾਂ ਸਭ ਨੇ ਭਾਰਤ ਅਤੇ ਪੱਛਮੀ ਏਸ਼ੀਆ ਵਿਚਕਾਰ ਵੈਸਟਰਨ ਏਸ਼ੀਆ ਵਪਾਰ ਲਈ ਮੌਜੂਦਾ ਸੁਵਿਧਾਵਾਂ ਵਿੱਚ ਵਾਧਾ ਕੀਤਾ ਵਪਾਰ ਹੋਰ ਵਧਿਆ ਠੀਕ ਹੈ ਜੀ ਇਹ ਇਹ ਕੁਝ-ਕੁਝ ਗੱਲਾਂ ਤੁਸੀਂ ਪੜ੍ਹ ਲੈਣੀਆਂ ਜੀ ਬੇਸਿਕਲੀ ਇਹੀ ਹੋਇਆ ਕਿ ਅਸੀਂ ਸਾਡਾ ਸਿੱਧਾ ਸੰਪਰਕ ਹੋਣ ਲੱਗ ਗਿਆ ਆਪ ਵਿਚ ਵਪਾਰ ਵਧੇ ਰਸਤੇ ਖੁੱਲਲੇ ਹੈ ਨਾ ਉਹਨਾਂ ਦਾ ਫਿਰ ਕਲਚਰ ਇਨਫਲੂਐਂਸ ਵੀ ਆਇਆ ਆ ਦੇਖੋ ਨਾ ਹੁਣ ਜਿਹਦਾ ਸਾਡਾ ਲਿਟਰੇਚਰ ਆ ਲਿਟਰੇਚਰ ਵਿੱਚ ਸਾਡੇ ਟ੍ਰੈਜਡੀ ਘਟ ਲਿਖੀ ਜਾਂਦੀ ਸੀ ਮੀਨ ਸਾਡੇ ਕੀ ਸੀ ਕਿ ਅੰਤ ਭਲੇ ਦਾ ਭਲਾ ਸਾਡੇ ਲਿਟਰੇਚਰ ਵਿੱਚ ਜਿਹੜਾ ਦੁਖਾਂਤ ਆ ਨਾ ਮ ਦੁੱਖ ਦਾ ਅੰਝ ਉਹ ਯੂਨਾਨੀ ਪ੍ਰਭਾਵ ਸਦਕਾ ਹੀ ਆਇਆ ਠੀਕ ਇਸੇ ਪ੍ਰਕਾਰ ਹੋਰ ਵੀ ਆ ਤੁਸੀਂ ਦੇਖੋ ਨਾ ਕਿ ਆਪਣੇ ਜਿਹੜੇ ਮਹਾਤਮਾ ਬੁੱਧ ਦੀਆਂ ਮੂਰਤੀਆਂ ਬਹੁਤ ਵੱਡੀਆਂ-ਬਡੀਆਂ ਪਾਈਆਂ ਜਾਂਦੀਆਂ ਸੀਗੀਆਂ ਸਾਡੇ ਇਧਰ ਪਾਕਿਸਤਾਨੀ ਸਾਈਡ ਹੁਣ ਦੇ ਪਾਕਿਸਤਾਨੀ ਪੰਜਾਬ ਇਹ ਸਾਰੇ ਏਰੀਆ ਵਿੱਚ ਅਫਗਾਨਿਸਤਾਨ ਵਿੱਚ ਤੇ ਉਹਨਾਂ ਦੇ ਦੇਵਤੇ ਤੇ ਸਾਡੇ ਦੇਵਤੇ ਉਹ ਫਿਰ ਉਹ ਕਨਸੈਪਟ ਆਪ ਵਿੱਚ ਕਾਫੀ ਮਿਕਸ ਹੋਇਆ ਕਲਚਰਲ ਇਨਫਲੂਐਂਸ ਕਾਫੀ ਹੋਇਆ ਜੇ ਉਹਨਾਂ ਦੇ ਦੇਵਤੇ ਦਾ ਵਾਲ ਖੁੱਲੇ ਆ ਤਾਂ ਸਾਡੇ ਵੀ ਬੁੱਧ ਦੇ ਵਾਲ ਖੁੱਲੇ ਵਾਲੀ ਮੂਰਤੀਆਂ ਬਣਨ ਲੱਗ ਗਈਆਂ ਇਹਨਾਂ ਦਾ ਆਪਸ ਵਿੱਚ ਕਾਫੀ ਆ ਇੰਟਰੈਕਸ਼ਨ ਹੋਇਆ ਠੀਕ ਹੈ ਇਹ ਗੱਲਾਂ ਵੀ ਅਸੀਂ ਡਿਟੇਲ ਚ ਪੜਾਂਗੇ ਇਹਦੇ ਉੱਤੇ ਪ੍ਰਸ਼ਨ ਬਣਦੇ ਆ ਤੁਸੀਂ ਹੁਣ ਮੀਨ-ਮੀਨ ਦੇਖ ਲੈਣਾ ਵੀ ਆਹ ਆਹ ਗੱਲਾਂ ਹੋਈਆਂ ਸੀ ਇਸ ਦੇ ਨਾਲ ਹੀ ਇਹ ਚੈਪਟਰ ਖਤਮ ਹੁੰਦਾ ਜੀ ਅੱਜ ਦੇ ਇੰਨਾ ਹੀ ਕਰ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ